ਕਿਉਂ ਮਰਦੇ ਹੋ? ਕੱਲੇ ਕੱਲੇ ਆਇਓ ਜਿੱਦੇ ਕੰਮ ਹੈਗਾ, ਕੱਲੇ ਕੱਲੇ ਆਇਓ ਜਿੱਦੇ ਕੰਮ ਹੈਗਾ। ਤਾਂ ਜਨਾਬ ਹੁਣ ਤੁਸੀਂ ਸੋਚ ਰਹੇ ਹੋਣੇ ਕਿ ਆਖਿਰਕਾਰ ਵਿਅਕਤੀ ਹੈ ਕੌਣ। ਸੋ ਅਸੀਂ ਤੁਹਾਨੂੰ ਦੱਸਾਂਗੇ ਕਿ ਵਿਅਕਤੀ ਕੌਣ ਹੈ, ਪਰ ਜ਼ਰਾ ਇੱਕ ਵਾਰ ਫਿਰ ਤੋਂ ਇਸ ਵੀਡੀਓ ਨੂੰ ਗੌਰ ਨਾਲ ਵੇਖੋ। ਦਰਅਸਲ ਵਿਅਕਤੀ ਲੁਧਿਆਣੇ ਦਾ ਇੱਕ ਪੱਤਰਕਾਰ ਹੈ ਜੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਲੁਧਿਆਣਾ ਪਹੁੰਚਣ ਤੇ ਉੱਥੇ ਕਵਰੇਜ ਕਰਨ ਗਿਆ ਸੀ, ਪਰ ਕੋਈ ਬਾਈਟ ਕਵਰ ਕਰਨ ਦੀ ਬਜਾਏ ਇਸ ਦੇ ਨਾਲ ਮੁੱਖ ਮੰਤਰੀ ਦੇ ਸੁਰੱਖਿਆ ਗਾਰਡਾਂ ਦੇ ਵੱਲੋਂ ਧੱਕਾ ਮੁੱਕੀ ਕੀਤੀ ਗਈ, ਜਿਸ ਦਾ ਦਰਦ ਉਹ ਬਿਆਨ ਕਰਦਾ ਨਜ਼ਰ ਆ ਰਿਹਾ। ਪੱਤਰਕਾਰ ਦੇ ਨਾਲ ਹੋਈ ਇਸ ਧੱਕਾ ਮੁੱਕੀ ਤੋਂ ਪੱਤਰਕਾਰ ਭਾਈਚਾਰੇ ਵਿੱਚ ਕਾਫੀ ਰੋਸ ਵੇਖਣ ਨੂੰ ਮਿਲਿਆ। ਇਸ ਦੌਰਾਨ ਇਹਨਾਂ ਪੱਤਰਕਾਰਾਂ ਨੂੰ ਮਨਾਉਣ ਦੇ ਲਈ ਕਾਂਗਰਸ ਦੇ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਵੀ ਦਿਖਾਈ ਦਿੱਤੇ, ਪਰ ਪੱਤਰਕਾਰਾਂ ਦੇ ਗੁੱਸੇ ਅੱਗੇ ਰਵਨੀਤ ਬਿੱਟੂ ਵੀ ਬੇਵੱਸ ਨਜ਼ਰ ਆਏ। ਦਰਅਸਲ ਕੈਪਟਨ ਅਮਰਿੰਦਰ ਸਿੰਘ PAU ਵਿੱਚ ਬਣੇ ਇੱਕ ਸਮਾਰਟ ਸਕੂਲ ਦਾ ਉਦਘਾਟਨ ਕਰਨ ਲਈ ਪਹੁੰਚੇ ਸਨ, ਜਿਸ ਤੋਂ ਬਾਅਦ ਉਹ ਹੋਟਲ ਪਾਰਕ ਪਲਾਜ਼ਾ ਵਿੱਚ ਕਾਂਗਰਸੀ ਕੌਂਸਲਰਾਂ ਦੇ ਨਾਲ ਮੀਟਿੰਗ ਕੀਤੀ ਗਈ, ਜਿੱਥੇ ਪੱਤਰਕਾਰ ਦੇ ਨਾਲ ਮੁੱਖ ਮੰਤਰੀ ਦੇ ਸੁਰੱਖਿਆ ਦਸਤੇ ਦੇ ਵੱਲੋਂ ਧੱਕਾ ਮੁੱਕੀ ਕੀਤੀ ਗਈ ਹੈ। ਉਹ ਮੀਡੀਆ ਕਰਮਚਾਰੀ ਜਿਹੜੇ ਲੋਕਾਂ ਦੀ ਆਵਾਜ਼ ਦੁਨੀਆ ਭਰ ਵਿੱਚ ਪਹੁੰਚਾਉਂਦੇ ਨੇ, ਉਹਨਾਂ ਦੇ ਨਾਲ ਇਸ ਤਰ੍ਹਾਂ ਦੇ ਨਾਲ ਧੱਕਾ ਮੁੱਕੀ ਅਤੇ ਬਦਤਮੀਜ਼ੀ ਤੋਂ ਪੱਤਰਕਾਰ ਭਾਈਚਾਰੇ ਦੇ ਵਿੱਚ ਰੋਸ ਦੀ ਲਹਿਰ ਹੈ। ਬਿਊਰੋ ਰਿਪੋਰਟ, T5 ਚੈਨਲ, ਪੰਜਾਬੀ।